ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸੋਚ ਰਿਹਾ ਸੀਗਾ ਕਿ ਸਰਕਾਰੀ ਬੰਦਿਆਂ ਦਾ ਕੋਈ ਜਵਾਬ ਹੁੰਦਾ ਕਿ ਨਹੀਂ ਹੁੰਦਾ। ਫਿਰ ਮੈਂ ਕਿਹਾ ਨਾ ਜਵਾਬ ਦਿੱਤਾ ਤਾਂ ਕਿਤੇ ਭੁਲੇਖਾ ਹੀ ਨਾ ਪੈ ਜੇ ਕਿ ਜੋ ਤੁਸੀਂ ਬੋਲ ਰਹੇ ਹੋ ਸੱਚ ਬੋਲ। ਬਿੱਟੂ ਜੀ ਤੁਹਾਡੇ 'ਤੇ ਤਾਂ ਉਹ ਢੁੱਕਦੀ ਆ, ਤੂੰ ਨਹੀਂ ਬੋਲਦੀ ਤੇਰੇ 'ਚ ਤੇਰਾ ਯਾਰ ਬੋਲਦਾ। ਔਰ ਸਾਰੀ ਪੰਜਾਬ ਕੀ ਸਾਰੀ ਦੁਨੀਆ ਜਾਣਦੀ ਆ ਕਿ ਉਹ ਯਾਰ ਤੁਹਾਡਾ ਕੌਣ ਹੈ, ਭਗਵੰਤ। ਵੈਸੇ ਤੁਹਾਨੂੰ ਇਸ ਗੱਲ ਦੀ ਵੀ ਵਧਾਈ ਹੈ ਕਿ ਕਿੰਨੇ ਚਾਤਰ ਤਰੀਕੇ ਨਾਲ ਤੁਸੀਂ ਯਾਰੀਆਂ ਬਦਲਦੇ ਹੋ। ਪਹਿਲਾਂ ਤੁਸੀਂ ਜਿਹਦੀ ਸਰਕਾਰ ਹੋਵੇ, ਤੁਹਾਡਾ ਤਾਂ ਦੂਜਾ ਨਾਂ ਸਰਕਾਰੀ ਵੀ ਮੈਂ ਕਹਿ ਸਕਦਾ, ਜਿਹਦੀ ਸਰਕਾਰ ਹੋਵੇ ਉਹਦਾ ਬਿੱਟੂ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਕਿੰਨਾ ਨਜ਼ਦੀਕੀ ਸੀ, ਜਦ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਕਿਸੇ ਦਾ ਪੰਗਾ ਪੈਂਦਾ ਸਭ ਤੋਂ ਪਹਿਲਾਂ ਬਿੱਟੂ ਨਿਕਲ ਕੇ ਆਉਂਦਾ ਸੀ, ਕੋਈ ਸਰਕਾਰ ਸੀ ਨਾ। ਹੁਣ ਉਹੀ ਕੰਮ ਭਗਵੰਤ ਮਾਨ ਦੇ ਨਾਲ ਫੜਿਆ ਹੋਇਆ। ਜਿਸ ਦਿਨ ਭਗਵੰਤ ਮਾਨ ਕੁਰਸੀ ਤੋਂ ਲੱਤ ਗਿਆ ਉਸ ਦਿਨ ਬਿੱਟੂ ਵੀ ਨਹੀਂ ਲੱਭਣਾ ਭਗਵੰਤ ਮਾਨ। ਔਰ ਉਹੀ ਹਾਲ ਦਿੱਲੀ 'ਚ ਜਾ ਕੇ, ਜਿੰਨੀ ਤਰਫਦਾਰੀ, ਜਿੰਨਾ ਮੀਆਂ ਮਿੱਠੂ, ਜਿੰਨੇ ਛੋਲੇ ਤੁਸੀਂ ਮੋਦੀ ਸਾਹਿਬ ਦੇ ਅਮਿਤ ਸ਼ਾਹ ਦੀ ਜੇ ਗਾਉਂਦੇ ਹੋ, ਉਹਨਾਂ ਕੋ ਹੋਰ ਨਹੀਂ ਗਾ ਸਕਦੇ। ਅਸਲ ਮੈਂ ਤਾਂ ਤੁਹਾਨੂੰ ਭਗਵੰਤ ਮਾਨ ਦਾ ਹੀ ਚੀਫ ਸਪੋਕਸਪਰਸਨ ਸਮਝਦਾ ਸੀ, ਮਗਰ ਦੁਨੀਆ ਜਾਣਦੀ ਹੈ ਭਾਜਪਾ ਦੇ ਵੀ ਤੁਸੀਂ ਚੀਫ ਸਪੋਕਸਪਰਸਨ ਬਣ ਗਏ। ਮੈਂ ਲੱਗਦਾ ਗਾਂਧੀ ਸਾਹਿਬ ਨੂੰ ਸਮਝ ਨਹੀਂ ਆਉਂਦੀ ਹੋਣੀ ਕਿ ਇਹ ਸਾਡੇ ਵਿੱਚ ਮੋਲ ਫਿੱਟ ਕੀਤਾ ਹੋਇਆ, ਕੋਈ ਮੁਖਬਰ ਫਿੱਟ ਕੀਤਾ ਹੋਇਆ ਕਿ ਸਾਡਾ ਬੰਦਾ। ਔਰ ਜਦੋਂ ਲੋੜ ਪਵੇ ਤੁਸੀਂ ਆਪਦਾ ਉਹ ਰੰਗ ਸਾਹਮਣੇ ਰੱਖ ਲਓ। ਚਲੋ ਛੱਡੋ, ਇਹ ਤੁਹਾਡੀ ਆਪਦੀ ਕੰਮ ਹੈ, ਜਿਵੇਂ ਤੁਸੀਂ ਰਾਜ਼ੀ ਰਹੋ, ਤੁਹਾਨੂੰ ਰਾਜ਼ੀ ਰਹਿਣਾ ਚਾਹੀਦਾ। ਮਗਰ ਕਿਉਂਕਿ ਕਈ ਫੈਕਟਸ ਜਾਂ ਤਾਂ ਜਾਣ ਬੁੱਝ ਕੇ ਝੂਠ ਬੋਲ ਗਏ, ਜਾਂ ਸਮਝ ਘੱਟ ਹੈ, ਜਾਂ ਅੰਗਰੇਜ਼ੀ ਪੜ੍ਹਨੀ ਨਹੀਂ ਆਈ। ਤੁਸੀਂ ਕਹਿਤਾ ਜੀ ਕਿ ਖਹਿਰਾ ਸਾਹਿਬ 'ਤੇ ਪਰਚਾ, ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਹੋਇਆ ਸੀ। ਪਹਿਲਾ ਚੈਲੰਜ ਬਿੱਟੂ ਜੀ ਕੱਢ ਕੇ ਲਿਆਓ ਕਿ 2015 'ਚ ਕਿਸੇ ਤਰੀਕੇ ਦਾ ਵੀ ਖਹਿਰਾ ਸਾਹਿਬ ਨੂੰ ਕਿਸੇ ਨੇ ਅਕਿਊਜ਼ਡ ਬਣਾਇਆ ਹੋਵੇ ਜਾਂ ਕਿਸੇ ਪੁਲਿਸ ਨੇ ਸੱਦਿਆ ਹੋਵੇ। ਪਹਿਲਾ ਝੂਠ ਤੁਹਾਡਾ ਇੱਥੋਂ ਫੜਿਆ ਗਿਆ, ਜੇ ਉਦੋਂ ਅਕਿਊਜ਼ਡ ਬਣੇ ਹੁੰਦੇ ਤਾਂ ਖਹਿਰਾ ਸਾਹਿਬ ਨੂੰ ਪੁਲਿਸ ਨੇ ਫੜਨ ਵੀ ਚਲੇ ਜਾਣਾ ਸੀ। ਕਿਸੇ ਨੇ ਅਕਿਊਜ਼ਡ ਨਹੀਂ ਬਣਾਇਆ, ਇੱਕ ਪਰਚਾ ਲਿਆਓ। ਇਹ ਬਲਕਿ ਆਪ ਗਏ ਹਾਈ ਕੋਰਟ, ਉਹ ਵੀਡੀਓ ਵੀ ਮੈਂ ਪਾ ਦੂੰਗਾ ਕਿ ਇਹਨੇ ਉਹ ਵੀਡੀਓ 'ਚ ਜਨਤਕ ਕੀਤਾ। ਵੈਸੇ ਤਾਂ ਪਹਿਲਾਂ ਵੀ ਰਿਕਾਰਡ 'ਤੇ ਸੀ, ਮਗਰ ਤੁਹਾਡੇ ਨੌਲੇਜ ਵਾਸਤੇ ਸਿਮਰ ਰਾਣਾ ਕਰਕੇ ਆਇਆ, ਜਿਹੜਾ ਤੁਹਾਡਾ ਰਣਜੀਤ ਰਾਣਾ ਹੁੰਦੇ ਸੀ ਕਾਂਗਰਸ 'ਚ, ਹੁਣ ਤੁਹਾਡੇ ਵਾਂਗੂ ਜਿਵੇਂ ਤੁਸੀਂ ਆਪ 'ਚ ਜਾਣ ਨੂੰ ਫਿਰਦੇ ਹੋ, ਪਹਿਲਾਂ ਹੀ ਆਪ 'ਚ ਚਲੇ ਗਏ ਤੁਹਾਡੀ ਤੁਹਾਨੂੰ ਜੀ ਆਇਆਂ ਨੂੰ ਕਰਨ ਵਾਸਤੇ। ਉਹਨਾਂ ਦੇ ਮੁੰਡੇ ਨੇ ਉਹ ਸਾਰੀ ਗੱਲ ਤੱਥ ਸਾਹਮਣੇ ਰੱਖੀ, ਉਹ ਮੈਂ ਵੀਡੀਓ ਦਿਖਾ ਦੂੰਗਾ ਕਿ ਕਿਵੇਂ ਉਸ ਵੇਲੇ ਸੁਖਪਾਲ ਖਹਿਰਾ ਹਾਈਕੋਰਟ ਗਏ ਔਰ CBI ਇਨਕੁਆਇਰੀ ਮੰਗੀ। ਔਰ CBI ਇਨਕੁਆਇਰੀ ਜਦ ਮੰਗੀ ਹਾਈਕੋਰਟ 'ਚ ਜਾ ਕੇ, ਪੰਜਾਬ ਪੁਲਿਸ ਨੇ ਉਸ ਵੇਲੇ ਕਹਿ ਦਿੱਤਾ ਕਿ ਅਸੀਂ ਕੋਈ ਖਹਿਰਾ ਸਾਹਿਬ ਦੇ ਖਿਲਾਫ਼ ਨਾ ਤਾਂ ਕੋਈ ਚਲਾਨ ਪੇਸ਼ ਕੀਤਾ, ਨਾ ਅਕਿਊਜ਼ ਬਣਾਇਆ। ਉਸੇ ਵੇਲੇ ਖਹਿਰਾ ਸਾਹਿਬ ਨੇ ਉਹ CBI ਇਨਕੁਆਇਰੀ ਫਿਰ ਵਾਪਸ ਲੈ ਲਈ, ਜਿਹੜਾ ਉਹਨਾਂ ਨੂੰ 319 ਦੇ ਸਮਨ ਹੋਏ। 319 ਪਤਾ ਨਾ ਜੀ, ਜਿਹਦੇ 'ਚ ਕੋਰਟ 'ਚ ਐਡੀਸ਼ਨਲ ਅਕਿਊਜ਼ ਦੇ ਤੌਰ 'ਤੇ ਬੁਲਾਇਆ ਜਾਂਦਾ। ਉਹ ਐਪਲੀਕੇਸ਼ਨ ਮੂਵ ਕਿਹਨੇ ਕੀਤੀ ਔਰ ਉਹਦਾ ਫੈਸਲਾ ਕਦੋਂ ਆਇਆ, ਪੜ੍ਹ ਲਓ ਤਰੀਕ, 31/10/2017। ਔਰ ਇਹ ਐਪਲੀਕੇਸ਼ਨ ਅੰਡਰ 319 ਸੈਕਸ਼ਨ। ਔਰ 2017 'ਚ ਸਰਕਾਰ ਕਿਹਦੀ ਸੀ ਜਨਾਬ? ਜਨਾਬ ਤੁਹਾਡੀ। ਔਰ ਜਿਨ੍ਹਾਂ ਨੇ ਤੁਸੀਂ ਬਹੁਤ ਵੱਡੇ ਉਸ ਵੇਲੇ ਚਮਚੀ ਮਾਰਦੇ ਸੀ ਕੈਪਟਨ ਅਮਰਿੰਦਰ ਸਿੰਘ ਦੀ, ਇਸ ਲਈ ਖਹਿਰਾ ਨੂੰ ਜੇ ਪਹਿਲੀ ਵਾਰੀ NDPS ਦੇ ਕੇਸ 'ਚ ਕਿਸੇ ਨੇ ਸਮਨ ਕੀਤਾ, ਉਹ ਕੋਈ ਹੋਰ ਸਰਕਾਰ ਨਹੀਂ, ਉਹ ਕਾਂਗਰਸ ਦੀ ਆਪਣੀ ਸਰਕਾਰ ਸੀ। ਸੋ ਗੈਟ ਯੋਰ ਫੈਕਟਸ ਰਾਈਟ। ਉਸ ਵੇਲੇ ਵੀ ਸਰਕਾਰ ਤੁਹਾਡੀ, ਔਰ ਅੱਜ ਵੀ ਜਿਸ ਪਾਰਟੀ ਦੇ ਤੁਸੀਂ ਚੀਫ ਸਪੋਕਸਪਰਸਨ ਬਣੇ ਹੋ, ਆਮ ਆਦਮੀ ਪਾਰਟੀ, ਜੇ ਦੂਜੀ ਵਾਰੀ ਉਹਨਾਂ ਨੂੰ ਅਰੈਸਟ ਕੀਤਾ ਤੇ ਸਰਕਾਰ ਕਿਹਦੀ ਜਨਾਬ? ਤੁਹਾਡੇ ਭਗਵੰਤ ਮਾਨ ਦੀ, ਜਿਹਦੇ ਨਾਲ ਰਾਤ ਦੇ ਹਨੇਰੇ ਤੁਸੀਂ CM ਹਾਊਸ ਦੇ ਬਾਹਰ ਗੇੜੇ ਕੱਢਦੇ ਸੀ, ਉਹ ਕਹਾਣੀ ਸਭ ਨੇ ਸੁਣੀ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ, ਤੁਸੀਂ ਆਪਣੀ ਸਥਿਤੀ ਸਪਸ਼ਟ ਕਰ ਦਿਓ। ਨਾ ਤਾਂ ਤੁਸੀਂ ਖਹਿਰਾ ਦਾ ਹਾਲੇ ਤੱਕ ਪਤਾ ਲੈਣ ਗਏ,
और ना तुसी अज तक इस गल नू कंडेम कीता कि जो आम आदमी पार्टी की सरकार ने किया गलत किया और तुसी उहदे खिलाफ हो, क्योंकि कंडेम तुसी कर नहीं सकना। सब तो वध जे बंदा कोई तरलो मच्छी हो रहा आप ते कांग्रेस की अलायंस वास्ते या भगवंत मान के चीफ स्पोक्सपर्सन वांगू काम कर रहा वो तुसी हो, और दुनिया जानती आशू नू फड़ाउण वाले तुसी। नहीं तो जो ड्रामा तुसी जाके जो वीडियो आई सी जो हेयर कट कराउण गया सी, जिन्ना तुसी उत्थे रौला गौला पाया होर कोई हुंदा ते विजिलेंस ने उन्हूं भी नाल फड़ के लै जाणा सी, मगर तुहानूं कित्थों फड़दे जनाब? भगवंत मान की मुछ दे वाल नूं सज्जी बांह नूं चीफ स्पोक्सपर्सन नूं जिन्हें मलविंदर कंग नूं भी फेल करता है उन कौन फड़ सकता सी? विजिलेंस चाहुंदी सी, मंगी कि साडे सरकारी काम च विघन पाउंदा, मगर नहीं, थोड़े ते तां वाल नहीं बिंगा होया बेचारे आशू दे अठ महीने अंदर लवा। रह गई गल कि अंदर सांभ संभाल दी, बिट्टू जी वैसे तुसी तां सरकारी हो, तुसी तां कदे जाना नहीं, मगर कदे रब ना करे कदे दिल हालात पता नहीं लगते रब दे रंग दे जे कदे चले गए ना ते थोड़ा भी वधिया ध्यान करावांगे, मेरे तुहानूं गरंटी है। इसलिए आप दी स्थिति स्पष्ट करो, इन्ना कुछ होने तो बाद कांग्रेसियां नाल आशू नाल थोड़े साबका वजीरां नाल थोड़े कांग्रेस दे वर्करां नाल रोज कुट पै रही, और कुटदा कौन है? थोड़ा अपना भगवंत मान कि तुसी हुण भी अलायंस दे हक च हो। जे हक च हो तो स्पष्ट लोकां नूं समझ आजूगी कि बिट्टू सरकारी है कि नहीं। बहुत बहुत थोड़ा धन्नवाद, गांह वास्ते सही फैक्ट्स लोगों के पब्लिक डोमेन च रख्या करो, झूठ बोल के आपकी पॉलिटिक्स ना चलाया करो, और किडे तुसी इस काम च झूठ बोलन च मूँह च राम राम बगल च छुरिया मूँह च राम राम थोड़ी तो वह कहानी है। जो उसी तो पंच सैक्टर च रहने, पंच सैक्टर च सुखपाल खैरे का घर है, पार्क के इधरले पासे तुसी हो, दूजे पासे खैरा, कते पता तो लैओ। मेरा फिक्र ना करो, अपना फिक्र करो कि NDPS की पॉलिटिक्स ये कांग्रेस पार्टी की देन है। हुण थोड़ा वड्डा वीर या छोटा वीर पता नहीं तुसी उन्हों की बुलाउंदे हो, भगवंत मान नूं जिहदे नाल रात दे नेरे च बह के पैग शैग भी ला लैंदे हो, उहदी एक करतूत है, उहदे काम है, उस नूं कंडैम करो, लोकां नूं शताई ना बनाओ। बहुत बहुत धन्नवाद। वैसे तां मैं थोड़ा जवाब देना चंगा समझदा नहीं सी, मगर मैं सोचा थोनूं समझ आ जाए। और अंग्रेजी च लिखिया जनाब, अंग्रेजी थोड़ी शायद थोड़ी टैट है, न्याणे तो पढ़ा लियो या किसी होर तो पढ़ा लियो, थोनू फैक्ट्स पता कर लियो, या मैं वीडियो थोड़े नाल शेयर कर लूँ, थोड़े अपने राणे की वीडियो है, उहदे नाल थोनू फैक्ट्स का साफ हो जाएंगे। आर्डर अंग्रेजी च है, किसी ने कह दिया थोनू पढ़ के सुना दे। सो बहुत बहुत धन्यवाद, वाहिगुरू जी का खालसा, वाहिगुरू जी का।